ਫਰੀਦਕੋਟ ਤੋਂ ਆ ਰਹੀ ਇੱਕ ਪ੍ਰਾਈਵੇਟ ਬੱਸ ਜੋ ਕਿ ਦੁਨਿੱਕੇ ਸੈਕਟਰ ਦੇ ਨੇੜੇ ਨਹਿਰ ਵੱਲ ਨੂੰ ਮੁੜੀ ਤਾਂ ਅੱਗਿਓਂ ਜਾ ਰਹੀ ਇੱਕ ਸਾਈਕਲ ਸਵਾਰ ਅਗਲੇ ਟਾਇਰ ਦੇ ਥੱਲੇ ਆਉਣ ਨਾਲ ਉਸਦੀਆਂ ਲੱਤਾਂ ਕੁਚਲੀਆਂ ਗਈਆਂ ਨੇ। ਜ਼ਖਮੀ ਹਾਲਤ 108 ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਮੋਗਾ ਵਿਖੇ ਪਹੁੰਚਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਸਹਾਇਕ ਥਾਣੇਦਾਰ ਨੇ ਦੱਸਿਆ ਕਿ ਇਹ ਬੱਸ ਫਰੀਦਕੋਟ ਵਾਲੀ ਸਾਈਡ ਤੋਂ ਆ ਰਹੀ ਸੀ ਜੋ ਕਿ ਮੋਗਾ ਬੱਸ ਸਟੈਂਡ ਜਾਣ ਲਈ ਮੇਨ GT ਰੋਡ ਤੋਂ ਨਹਿਰ ਵੱਲ ਨੂੰ ਮੁੜੀ ਤਾਂ ਅੱਗਿਓਂ ਸਾਈਕਲ ਵਾਲੇ ਦੇ ਆਉਣ ਨਾਲ ਉਸਦੀਆਂ ਲੱਤਾਂ ਬੁਰੀ ਤਰ੍ਹਾਂ ਫ੍ਰੈਕਚਰ ਹੋ ਗਈਆਂ ਨੇ। ਕੀ ਨਾਮ ਤੁਹਾਡਾ? ਬਾਬੇ ਕਿੰਨੀ ਉਮਰ ਆ ਤੁਹਾਡੀ? 30 ਸਾਲ। ਕਿੱਧਰੋਂ ਆ ਲਏ ਬੱਸ ਲੈ ਕੇ? ਤੁਸੀਂ ਡਰਾਈਵ ਤੁਸੀਂ ਕਰ ਰਹੇ ਸੀਗੇ? ਕੀ ਹਾਦਸਾ ਕਿਵੇਂ ਵਾਪਰਿਆ ਜੀ? ਅੱਜ ਦਾ ਜਿਹੜਾ ਵਾਪਰਿਆ ਅਸੀਂ ਸਵਾਰੀਆਂ ਲਾ ਕੇ ਗੱਡੀ ਤੋਰਨ ਲੱਗੇ ਹਾਂ ਅਤੇ ਨਾਲ ਹੀ ਸਾਈਕਲ ਆ ਗਿਆ ਜੀ। ਉਹ ਵੀ ਰੌਂਗ ਟਾਇਰ ਸੀਗਾ ਇਕੱਲੇ ਪਾਸੇ ਨੂੰ। ਜਦੋਂ ਅਸੀਂ ਗੱਡੀ ਤੋਰੀ ਤਾਂ ਉਹਨੇ ਸਾਈਕਲ ਨਾਲ ਹੀ ਲਾ ਤਾ ਜੀ। ਜਦੋਂ ਬ੍ਰੇਕ ਮਾਰੀ ਤਾਂ ਟਾਇਰ ਦੇ ਨਾਲ ਲੱਗ ਗਏ। ਰੂਟ ਕਿੱਧਰ ਲੱਗ ਕਿੱਧਰ ਲੱਗ ਗਿਆ ਆਪਣੇ? ਲੁਧਿਆਣਾ, ਫਰੀਦਕੋਟ, ਮੋਹਾਲੀ। ਹੁਣ ਤੁਸੀਂ ਜਾ ਕਿੱਥੇ ਰਹੇ ਸੀਗੇ? ਮੋਗੇ ਬੱਸ ਸਟੈਂਡ ਜੀ, ਮੋਹਾਲੀ ਜਾਣਾ ਸੀ। ਅਤੇ ਤੁਹਾਡੀ ਹੁਣ ਗੱਡੀ ਜਿਹੜੀ ਆ ਇਸ ਵੇਲੇ ਜਾ ਰਹੀ ਨਹਿਰ ਦੇ ਕੰਢੇ ਕੰਢੇ, ਇੱਧਰ ਕਿਤੇ ਗੱਡੀ ਸਿੱਧੀ ਜਾਂਦੀ ਹੈ? ਗੱਡੀ ਸਿੱਧੀ ਜਾ ਰਹੀ ਹੈ। ਨਹੀਂ, ਗੱਡੀ ਹੁਣ ਤੁਸੀਂ ਸਿੱਧੀ ਲੈ ਕੇ ਜਾ ਰਹੇ ਸੀ, ਇੱਧਰ ਮੁੜੀ ਆ? ਦੇਖੋ ਮੁੜੀ ਆ, ਹੁਣ ਅਸੀਂ ਤਾਂ ਲਾਈਏ ਜੀ ਨਾਲ ਲੱਗ ਗਈ। ਯੂਨੀਫਾਰਮ ਨਹੀਂ ਪਾਉਂਦੇ ਤੁਸੀਂ? ਹਾਂਜੀ, ਯੂਨੀਫਾਰਮ ਨਹੀਂ ਪਾਉਂਦੇ? ਯੂਨੀਫਾਰਮ ਨਹੀਂ ਪਾਉਂਦੇ। ਤੁਹਾਡਾ ਡਰਾਈਵਿੰਗ ਲਾਇਸੈਂਸ ਨੰਬਰ ਕਿੰਨਾ? ਡਰਾਈਵਿੰਗ ਲਾਇਸੈਂਸ ਨੰਬਰ ਕਿੰਨਾ ਤੇਰਾ? ਹਾਂਜੀ, ਲਾਇਸੈਂਸ ਹੈਗਾ ਤੁਹਾਡੇ ਕੋਲ ਡਰਾਈਵਰ? ਹਾਂਜੀ, ਲਾਇਸੈਂਸ ਹੈ। ਕਿਹੜਾ ਜੀ? ਲਾਇਸੈਂਸ ਹੈ ਵੀ ਹੈ ਜੀ। ਹੁਣ ਹੈ ਤੁਹਾਡੇ ਕੋਲ? ਨਹੀਂ, ਦਫ਼ਤਰ ਹੈ ਜੀ। ਕੀ ਨਾਮ ਹੈ ਤੇਰਾ? ਮੇਰਾ ਨਾਮ ਦਲਜੀਤ ਸਿੰਘ ਹੈ। ਕਿੱਥੇ ਰਹਿਣ ਵਾਲਾ? ਦੁਨੇ ਕੇ ਪਿੰਡ ਹੈ, ਨਹਿਰ ਤੇ ਦੁਕਾਨ ਆਪਣੀ। ਨਹਿਰ ਤੇ ਦੁਕਾਨ ਹੈ? ਕਾਹੀ ਦੁਕਾਨ ਹੈ? ਢਾਬਾ, ਰੋਟੀ ਚਾਹ ਦਾ। ਤੇ ਜਿਹੜਾ ਹਾਦਸਾ ਹੋਇਆ? ਹਾਦਸਾ ਹੋਇਆ ਨਹਿਰ ਦੇ ਉੱਤੇ ਹੀ ਆ। ਬੱਸ ਆ ਰਹੀ ਸੀ, ਇੱਧਰਲੀ ਸਾਈਡ ਸਾਈਕਲ ਆ ਰਿਹਾ ਸੀ, ਇਹਨਾਂ ਨੇ ਮੋੜਤਾ ਨਹਿਰ ਵੱਲ ਨੂੰ ਜੀ। ਮੱਦਾ ਮੂਹਰਲੇ ਟਾਇਰ ਥੱਲੇ ਆ ਗਿਆ, ਉਹ ਥੱਲੋਂ ਉਹਦੀ ਬੰਦਾ ਥੱਲੇ ਆ ਗਿਆ ਬੱਸ ਦੇ, ਤੇ ਲੰਘ ਜਾਣੀ ਸੀ ਉੱਤੋਂ ਦੀ, ਉਹ ਮਸਾਂ ਬੱਸ ਰਕਾਈ ਉਹਦੇ ਲੱਤਾਂ ਤੇ ਚੜ ਗਈ। ਹਾਂ, ਮੂਹਰਲਾ ਟਾਇਰ ਚੜਿਆ। ਕਿਹਨੇ ਰੌਲਾ ਪਾਇਆ ਸੀਗਾ? ਮੂਹਰੇ ਖੜ ਕੇ ਬੱਸ ਵਾਲੇ ਨੂੰ ਕਿਹਾ, ਭਰਾਵਾ ਬੰਦਾ ਥੱਲੇ, ਨਾਲ ਹੀ ਸਾਈਕਲ ਆ ਰਿਹਾ ਸੀਗਾ, ਸਾਈਕਲ ਦੇ ਮੂਹਰਲੇ ਟਾਇਰ ਦੇ ਥੱਲੇ ਆ ਗਈ, ਉਹਦੀ ਲੱਤ ਟੁੱਟ ਗਈ। ਬੱਸ ਕਿਹੜੀ ਕੰਪਨੀ ਦੀ ਹੈ ਜੀ? ਜਹਾਜ਼ ਕੰਪਨੀ ਦੀ ਹੈ। ਕਿੱਧਰੋਂ ਆ ਰਹੀ ਸੀ ਬੱਸ? ਬੱਸ ਇੱਧਰੋਂ ਫਰੀਦਕੋਟ ਵਾਲੀ ਸਾਈਡ ਤੋਂ ਆਈ। ਜਾ ਕਿੱਧਰ ਨੂੰ ਰਹੀ ਸੀ? ਕਿੱਧਰ? ਅੰਬਾਲਾ ਸਾਈਡ ਜਾਣਾ। ਨਹੀਂ, ਬੱਸ ਹੁਣ ਨਹਿਰ ਕੰਨੀ ਨੂੰ ਮੁੜੀ ਸੀ ਜਾਂ ਸਿੱਧੀ ਜਾ ਕੇ ਮੁੜੀ? ਡਰਾਈਵਰ ਕੋਲ ਕਾਗਜ਼ ਪੱਤਰ ਕੋਈ ਨੀਗਾ ਜੀ, ਉਹ ਆਉਣਾ ਮੇਰੇ ਕਾਗਜ਼ ਦਫ਼ਤਰ ਪਏਗਾ। ਤੇ ਕੀ ਕਾਰਵਾਈ ਕੀਤੀ ਤੁਸੀਂ? ਹਾਂਜੀ, ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ? ਮੈਂ ਥਾਣੇ ਦੇ ਵਿੱਚ MSC ਨੂੰ ਨੋਟ ਕਰਾਇਆ ਜੀ, ਉਹਦੇ ਡਿਊਟੀ ਅਫਸਰ ਆਉਂਦਾ ਜੀ, ਆਣ ਕੇ ਕਾਰਵਾਈ ਕਰੇਗਾ। ਜਿਹੜਾ ਬੰਦਾ ਥੱਲੇ ਆਇਆ ਉਹਦੀ ਹਾਲਤ ਕਿੱਦਾਂ ਹੋਣਾ? ਉਹਨੂੰ ਐਂਬੂਲੈਂਸ ਦੇ ਵਿੱਚ ਮਤਲਬ ਵੀ ਭੇਜ ਦਿੱਤਾ ਗਿਆ ਜੀ ਹਸਪਤਾਲ। ਸਰਕਾਰੀ ਸੱਟਾਂ ਕਿੱਥੇ ਵੱਜੀਆਂ ਹੁੰਦੇ? ਸੱਟਾਂ ਉਹਦੀ ਲੱਤ ਟੁੱਟੀ ਆ ਜੀ।